ਚਲੋ ਜੇ ਮੈਂ ਪਾਣੀ ਕਹਿ ਦਿੱਤਾ ਤੇ ਫਿਰ ਗੁੱਸਾ ਕਰੋਗੀਆਂ ਮੈਂ ਵਿਚਕਾਰ ਦਾ ਮੇਲ ਰੱਖ ਲੈਣਾ ਚੱਲ ਬੁੜੇ ਜਿੱਤਣ ਦਾ ਮੈਂ ਬਾਬੇ ਕੋਲੋਂ ਚੱਲ ਲੈ ਕੇ ਆਈ ਹਾਂ ਨਾ ਬਾਬੇ ਦਾ ਅੰਦਰ ਨਲਕਾ ਲਾਇਆ ਹੁੰਦਾ ਬਾਹਰ ਕੈਨੀਆਂ ਵਾਲੇ ਬਿਠਾਏ ਹੁੰਦੇ ਵੇਚਣ ਵਾਲੇ ਤੇ ਫਿਰ ਬੀਬੀਆਂ ਉੱਥੋਂ ਕੈਨੀਆਂ ਲੈ ਕੇ ਨਲਕੇ ਤੋਂ ਭਰਨਗੀਆਂ ਤੇ ਬਾਬਾ ਫੂਕ ਮਾਰ ਕੇ ਅੱਧਾ ਕੁ ਥੁੱਕ ਵਿੱਚ ਪਾ ਕੇ ਫੜਾ ਦੂਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਕੁੜੇ ਬਾਬੇ ਨੇ ਆਖਿਆ ਸੀ ਸਾਡੇ ਘਰ ਵਿੱਚ ਬਰਕਤ ਨਹੀਂ ਸੀ ਪੈਂਦੀ ਪੈਸੇ ਦੀ ਕੁੜੇ ਪਤਾ ਨਹੀਂ ਸੀ ਇਧਰੋਂ ਕਮਾਈ ਦਾ ਸੀ ਇਧਰ ਚਲੇ ਜਾਂਦੇ ਸੀ ਬਾਬਾ ਕਹਿੰਦਾ ਸਵਾ ਮਹੀਨਾ ਛਿੱਟਾ ਦੇਣਾ ਅਜੇ ਤੱਕ ਕੁੜੇ ਮੈਨੂੰ 12 13 ਦੇ ਨਹੀਂ ਹੋਏ ਆ ਛਿੱਟਾ ਦਿੰਦੀ ਨੂੰ ਘਰ ਚ ਪਤਾ ਨਹੀਂ ਸਾਡੇ ਘਰ ਚ ਪੈਸੇ ਕਿੱਥੋਂ ਆਈ ਜਾਂਦੇ ਆ ਲੈ ਪੁੱਛੇ ਬੀਬੀ ਬਾਬੇ ਨੇ ਨੋਟ ਬਣਾਉਣ ਵਾਲੀ ਮਸ਼ੀਨ ਦੇ ਦਿੱਤੀ ਨਹੀਂ ਐਵੇਂ ਬਾਬੇ ਦੀ ਐਡ ਲਾਉਣੀ ਮਸ਼ਹੂਰੀ ਕਰਨੀ ਕੁੜੇ ਸਾਡੀਆਂ ਮੱਝਾਂ ਤਵਾ ਫਿਰਿਆ ਹੋਇਆ ਸੀ ਮੱਝਾਂ ਦੇ ਥੱਲੇ ਬਸ ਬਾਬੇ ਨੇ ਜਲ ਦਿੱਤਾ ਸ਼ੁਕਰ ਹੈ ਬਈ ਮੇਰੀਆਂ ਨਾ ਗੱਲਾਂ ਦੇ ਕਦਰਦਾਨ ਬੈਠੇ ਨੇ ਵਰਨਾ ਬਹੁਤੀ ਥਾਈ ਤੇ ਬੀਬੀਆਂ ਵੀ ਮੱਥੇ ਤੇ ਤਿਊੜੀਆਂ ਪਾ ਲੈਣਗੀਆਂ ਆਖਣੀਆਂ ਭਾਈ ਜਾਣ ਦੇ ਪਾਰਸ ਨੂੰ ਰੌਲਾ ਅਸੀਂ ਤੇ ਜਾਣਾ ਸਾਡਾ ਉਹਨਾਂ ਬਗੈਰ ਨਹੀਂ ਸਰਦਾ ਪੁੱਛਣ ਦੇ ਨਾਲ ਬਾਬੇ ਬਗੈਰ ਅਸੀਂ ਤੇ ਸਾਰਾ ਘਰ ਦਾ ਦੁੱਖ ਸੁੱਖ ਉਹਦੇ ਕੋਲ ਜਾ ਕੇ ਕਰੀਦਾ ਸ਼ੁਕਰ ਹੈ ਮੇਰੀਆਂ ਭੈਣਾਂ ਵੀ ਮੇਰੀਆਂ ਗੱਲਾਂ ਤੇ ਖੁਸ਼ ਹੋ ਰਹੀਆਂ ਨੇ ਬਹੁਤ ਖੁਸ਼ੀ ਦੀ ਗੱਲ ਹੈ ਜਿੱਤਣ ਦਾ ਮੈਂ ਮੱਝਾਂ ਤੇ ਛਿੱਟਾ ਦੇਣਾ ਸ਼ੁਰੂ ਕੀਤਾ ਨਾ ਅਜੇ 12 13 ਦਿਨ ਹੀ ਹੋਏ ਆ ਇੰਨਾ ਦੁੱਧ ਦਿੰਦੀਆਂ ਮੱਝਾਂ ਇੰਨਾ ਦੁੱਧ ਦਿੰਦੀਆਂ ਕੁੜੇ ਸਾਡੇ ਤੇ ਭਾਂਡੇ ਮੁੱਕ ਜਾਂਦੇ ਲੈ ਪੁੱਛੇ ਵੀ ਬਾਬੇ ਨੇ ਮੱਝਾਂ ਨੂੰ ਦੁੱਧ ਵਧਾਉਣ ਵਾਲਾ ਟੌਨਕ ਦਾ ਟੀਕਾ ਲਾ ਦਿੱਤਾ ਕੁੜੇ ਮੇਰਾ ਮੁੰਡਾ ਪਲੱਸ ਟੂ ਚ ਪੜ੍ਹਦਾ ਨਾ ਜਿਹੜਾ ਕਿਤਾਬ ਨੂੰ ਹੱਥ ਨਹੀਂ ਸੀ ਲਾਉਂਦਾ ਬਾਬਾ ਕਹਿੰਦਾ ਇਹਨੂੰ ਸਵਾ ਮਹੀਨਾ 40 ਦਿਨ ਜਲ ਪਲਾਈ 12 13 ਦਿਨ ਹੀ ਹੋਏ ਬੜੇ ਮੈਨੂੰ ਮੁੰਡੇ ਨੂੰ ਜਲ ਪਲਾਉਂਦੀ ਨੂੰ ਨੀ ਮੁੰਡਾ ਭੈਣੇ ਅੰਦਰ ਵੜ ਜਾਂਦਾ ਰਾਤ ਨੂੰ ਅੰਦਰੋਂ ਕੁੰਡੀ ਲਾ ਲੈਂਦਾ ਬਲਬ ਜਗਦਾ ਰਹਿੰਦਾ ਪੱਖਾ ਚੱਲਦਾ ਰਹਿੰਦਾ ਮੁੰਡਾ ਸਾਰੀ ਰਾਤ ਪੜੀ ਜਾਂਦਾ ਪੜੀ ਜਾਂਦਾ ਮੁੰਡੇ ਦਾ ਭਾਵੇਂ ਕਿਤੇ ਮੋਬਾਈਲ ਹੀ ਲਾਇਆ ਹੋਵੇ ਆਖੋ ਸਤਨਾਮ ਸੱਚ ਕਹਿੰਦਾ ਹੀ ਪਾਰਸ ਭੈਣੋ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿਹੜੀ ਬੀਬੀ ਪੁੱਛਾਂ ਦੇ ਨਾਲ ਬਾਬੇ ਕੋਲ ਹੋ ਕੇ ਆਈ ਹੈ ਤੇ ਤੁਹਾਡੇ ਚ ਚੁਰਤ ਨਹੀਂ ਪੈਂਦੀ ਆਖੋ ਖਬਰਦਾਰ ਕੁੜੇ ਤੂੰ ਅੱਜ ਤੋਂ ਸਾਡੇ ਘਰੇ ਨਹੀਂ ਆਉਣਾ ਤੂੰ ਨਾਨਕ ਤੋਂ ਟੁੱਟੀ ਸਾਡੇ ਕੋਲੋਂ ਟੁੱਟੀ ਤੁਸੀਂ ਸੋਚਦੀ ਅਸੀਂ ਨਾਨਕ ਕੋਲੋਂ ਕੀ ਲੈਣਾ ਸੱਚਣਾ ਬੀਬੀ ਫਿਰਨ ਤੁਰਨ ਵਾਲੀ ਹੈ ਕਿਤੇ ਸਾਡੇ ਮੁੰਡੇ ਨੂੰ ਬਾਹਰ ਦੀ ਕੁੜੀ ਦਾ ਰਿਸ਼ਤਾ ਹੀ ਕਰਾਊਗੀ ਅਫਸੋਸ ਭੈਣ ਅਫਸੋਸ ਸੁਣੀ ਅਗਲੀਆਂ ਸੱਤ ਬੱਚੇ ਉਹ ਕਰ ਰਹੇ